ਇਹ ਬਿਲਕੁਲ ਜੀ ਗਲਤ ਹੋਇਆ, ਨਜਾਇਜ਼ ਹੋਇਆ, ਧੱਕਾ ਹੋਇਆ। ਮੈਂ ਇਸ ਦੇ ਖਿਲਾਫ ਹਾਂ ਬਿਲਕੁਲ। ਪਰ ਅਸੀਂ ਰਿੱਟ ਕਦੀ ਵੀ ਨਹੀਂ ਵਾਪਸ ਲਵਾਂਗੇ, ਸਾਡੇ ਭਾਵੇਂ ਪਰਚੇ ਚਾਰ ਹੋਰ ਕਰਾ ਦੇਣ। ਇਹ ਜੀ ਸਾਰਾ ਫਿਰਨੀ ਦਾ ਮਸਲਾ। ਕੱਲ ਨੂੰ ਫਿਰਨੀ ਨਿਕਲਣੀ ਸੀ, ਪਹਿਲਾਂ ਵੀ ਸਰਪੰਚ ਤੇ ਕਈ ਵਾਰ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਘਰਾਂ ਪੁਲਿਸ ਗਈ ਹੈ ਚੋਰਾਂ ਤਾਂ ਨਹੀਂ, ਚੋਰ ਵੀ ਨਹੀਂ ਜਾਂਦੇ। ਥੋੜੀ ਸ਼ਰਮ ਕਰੇ ਪੰਜਾਬ ਪੁਲਿਸ ਕਿ ਮੌਕੇ ਦਾ ਸਰਪੰਚ ਹੈ, ਮਾੜਾ ਜਿਹਾ ਉਹ ਸਾਹਮਣੇ ਪੇਚ ਹੀ ਕਰੀਏ। ਉਹ ਗੱਲ ਕਰਾਉਣ ਲਿਆ ਕਿ ਮੈਨੂੰ ਕਿਹੜਾ ਰਾਤ ਰੈਸਟ ਪਾ ਦੇ, ਪਰਚਾ ਦੇ ਦੇ। ਧੱਕੇ ਨਾਲ ਕੀਤਾ ਇਹਨਾਂ ਨੇ, ਧੱਕੇ ਨਾਲ ਪਰਚਾ ਕਰਕੇ ਸਣੇ ਪ੍ਰਸ਼ਾਸਨ ਨੇ ਸਾਹਮਣੇ, ਧੱਕੇ ਨਾਲ ਕਰਕੇ ਪਰਚਾ। ਐਫਆਈਆਰ ਦੇ ਨਹੀਂ ਰਹੇ ਸਾਨੂੰ, ਕਹਿੰਦੇ ਉੱਥੇ ਆ ਜਾਓ, ਉੱਥੇ ਆ ਜਾਓ, ਕਦੇ ਆਨਲਾਈਨ ਲੈ ਲਓ। ਪਾਈ ਸੀ ਆਰ ਟੀ ਮੇਰੇ ਵਿਰੋਧੀ ਪਾਰਟੀ, ਉਹ ਆਰ ਟੀ ਅੱਗੇ ਇਕਰਾ ਪਹਿਲੇ ਇੱਥੇ ਬੀ ਡੀ ਓ ਸਾਹਿਬ ਤੇ ਪਾਈ ਸੀ, ਉਦੋਂ ਬਾਅਦ ਇਹਨਾਂ ਨੇ ਡੀ ਡੀ ਪੀ ਤੇ, ਉਦੋਂ ਬਾਅਦ ਇਹਨਾਂ ਨੇ ਏ ਡੀ ਸੀ ਤੇ ਪਾਈ ਸੀਗੀ। ਇਹ ਸਾਰੀ ਤਾਂ ਆਰ ਟੀ ਅੱਗੇ ਪੈ ਚੁੱਕਿਆ ਸੀ। ਇਹਨਾਂ ਨੇ ਕੱਲ ਮਿਣਤੀ ਕਰਾਈ, ਮਿਣਤੀ ਕਰਾ ਕੇ ਕੱਲ ਕੱਲ ਮਿਣਤੀ ਹੋਈ ਤੇ ਕੱਲ ਕੱਲ ਰਾਤ ਰਾਤ ਨੂੰ 9:30 ਵਜੇ ਆ ਕੇ ਇਹਨਾਂ ਨੇ ਜਾ ਕੇ ਮੈਨੂੰ ਕਿਹਾ ਵੀ ਡੀ ਸੀ ਸਾਹਿਬ ਬੁਲਾਉਂਦੇ ਨੇ, ਡੀ ਸੀ ਸਾਹਿਬ ਦੀ ਲੈਟਰ ਦੇ ਅਸੀਂ ਤੁਹਾਨੂੰ ਉਥੇ ਵੀਡੀਓ ਕਾਲ ਕਰਕੇ ਉਹ ਮੇਰਾ ਗੱਲ ਕਰਾਉਣੀ ਹੈ। ਹਾਂਜੀ, ਤੇ ਉਹ ਗੱਲ ਕਰਾਉਣ ਲਿਆ ਕਿ ਮੈਨੂੰ ਤੇਰਾ ਰਾਤ ਅਰੈਸਟ ਪਾ ਦੇ, ਪਰਚਾ ਦੇ ਦਿੱਤਾ। ਕਿਸ ਮਾਮਲੇ ਤੈਨੂੰ ਅਰੈਸਟ ਕੀਤਾ? ਇਹ ਮੈਨੂੰ ਤਾਂ ਆਪ ਅਜੇ ਕੋਈ ਪਤਾ ਨੀ, ਕੱਲ ਤਾਂ ਬੇਨਤੀ ਹੋਈ ਹੈ ਜੀ, ਕੱਲ ਬੇਨਤੀ ਹੋ ਗਈ, ਕੱਲ ਕੱਲ ਰੋਲਾ ਕਾਹਦਾ, ਬੇਨਤੀ ਕਾਹਦੀ ਜੀ? ਬੇਨਤੀ ਹੈ ਜੀ ਕੰਮ ਦੀ, ਕੰਮ ਜਿਹੜਾ ਕੀਤਾ ਸੀ ਮੈਂ ਪੰਚਾਇਤੀ, ਸਾਰਾ ਕੰਮ ਜਨ ਵਾਲੇ ਤਿੰਨ ਗਏ ਸੀ ਜਈ ਸਾਹਿਬ, ਤਿੰਨੇ ਬੋਲੇ ਨੇ ਤੇਰਾ ਜਨਰਲ ਕੰਮ ਬਹੁਤ ਵਧੀਆ। ਹਾਂਜੀ ਹਾਂਜੀ, ਇਹਨਾਂ ਨੇ ਬਹੁਤ ਤੇਰਾ ਕੰਮ ਵਧੀਆ। ਇਹਨਾਂ ਨੇ ਧੱਕੇ ਨਾਲ ਕੀਤਾ ਸਰ, ਇਹਨਾਂ ਨੇ ਧੱਕੇ ਨਾਲ ਕੀਤਾ, ਇਹਨਾਂ ਨੇ ਧੱਕੇ ਨਾਲ ਪਰਚਾ ਕਰਕੇ ਸਣੇ ਪ੍ਰਸ਼ਾਸਨ ਨੇ ਸਾਹਮਣੇ, ਧੱਕੇ ਨਾਲ ਕਰਕੇ ਪਰਚਾ। ਉਦੋਂ ਸੀ ਐਮ ਸਾਹਿਬ ਕਹਿੰਦੇ ਸਾਡੇ ਕੋਲ ਆਰਡਰ ਹੈ, ਕਦੀ ਕਿਹਦੇ ਆਰਡਰ ਹੈ, ਇਹਨਾਂ ਕੋਲ ਦੱਸਣ ਕਿਹੜੇ ਸਟੇਟਮੈਂਟ ਹੈਗੀ? ਸਾਡੇ ਕੋਲ ਹੈ ਜੀ, ਸਾਡੇ ਕੋਲ ਸਾਰੇ ਯੂਸੀ ਹੈਗੇ ਹੈ, ਇਹ ਮੇਰੇ ਫਾਦਰ ਸਾਹਿਬ ਹੈ ਜੀ, ਅਸੀਂ ਸਾਰੇ ਪਿੰਡ ਵਾਲੇ ਮਗਰ ਆਇਆ, ਸਰਪੰਚ ਦੇ ਰਾਤ ਦੇ ਅਸੀਂ ਮਗਰ ਆਇਆ। ਸਾਡੇ ਕੋਲ ਜਿਹੜੀ ਹੈ, ਜਿਹੜੀ ਗ੍ਰਾਂਟ ਜਿੰਨੀ ਆਈ ਹੈ ਉਹਦੇ ਯੂਸੀ ਹੈਗੇ ਹੈ, ਜਿਹੜੀ ਪਹਿਲਾਂ ਜਈ ਸਾਹਿਬ ਦੇ ਔਰ ਆਪਣੇ ਸੈਕਟਰੀ ਸਾਹਿਬ ਬੀ ਡੀ ਓ ਸਾਹਿਬ ਦਾ ਜਿੰਨਾ ਜਿਹੜਾ ਕੰਮ ਕੀਤਾ ਹੋਇਆ ਰਿਕਾਰਡ ਹੈਗਾ, ਉਸ ਤੋਂ ਬਾਅਦ ਜਿਹੜੀ ਕੈਸ਼ ਬੁੱਕ ਸਾਡੇ ਕੋਲ ਬਣੀ ਹੋਈ ਉਹ ਵੀ ਸਾਡੇ ਕੋਲ ਹੈਗੀ ਹੈ। ਪਰ ਇਹਨਾਂ ਨਜਾਇਜ਼ ਕਰਕੇ, ਧੱਕਾ ਕਰਕੇ ਸਾਡੇ ਤੇ ਨਿਰੀਆਂ ਧਾਰਾਂ ਲਾ ਕੇ ਨਾ, ਇੱਕ ਸਾਡਾ ਫਿਰਨੀ ਦਾ ਮੈਟਰ ਚੱਲਦਾ ਪਿਆ, ਉਹ ਫਿਰਨੀ ਦੇ ਮੈਟਰ ਤੇ ਇਹਨਾਂ ਨੇ ਕੱਲ ਨੂੰ ਸਾਡੀ ਤਰੀਕ ਰੱਖੀ ਹੋਈ ਹੈ, ਜਿਹੜਾ ਸਾਰੇ ਮਹਿਕਮੇ ਨੇ ਆਉਣਾ ਸੀ, ਮਾਲ ਮਹਿਕਮੇ ਨੇ ਆਉਣਾ ਸੀ, ਬੀ ਡੀ ਓ ਸਾਹਿਬ ਨੇ ਆਉਣਾ ਸੀ ਜੀ, ਨਾਲ ਜਿਹੜੇ ਪ੍ਰਸ਼ਾਸਨ ਨੇ ਆਉਣਾ ਸੀ, ਇਹਨਾਂ ਨੇ ਉਸ ਨੂੰ ਦਬਾਉਣ ਦੇ ਵਾਸਤੇ ਜਿਹੜਾ ਇਹਨਾਂ ਨੇ ਸਾਡੇ ਤੋਂ ਜਬਰੀ ਪਰਚਾ ਕਰਕੇ ਪਾਪਾ ਦੇ ਇਹਨਾਂ ਨੇ ਅੰਦਰ ਦੇ ਦਿੱਤਾ। ਕਿਹੜਾ ਪਰਚਾ ਦਿੱਤਾ, ਕਿਹੜੇ ਤਰ੍ਹਾਂ ਦਾ? ਇਹਨਾਂ ਨੇ ਪਰਚਾ 409 ਦੱਸ ਰਹੇ ਹੈ, ਐਫ ਆਈ ਆਰ ਦੇ ਨਹੀਂ ਰਹੇ ਸਾਨੂੰ, ਕਹਿੰਦੇ ਉੱਥੇ ਆ ਜਾਓ, ਉੱਥੇ ਆ ਜਾਓ, ਕਦੇ ਆਨਲਾਈਨ ਲੈ ਲਓ। ਜੀ ਸਾਨੂੰ ਐਫ ਆਈ ਆਰ ਦੇਣ, ਸਾਨੂੰ ਦੱਸਣ ਕੀ ਇਹਦੇ ਤੇ ਹੈਗੇ ਜੁਰਮ ਲਾਏ, ਸਾਨੂੰ ਪਤਾ ਤਾਂ ਲੱਗੇ ਨਾ ਇਸ ਬਾਰੇ। ਕਿੰਨੇ ਵਜੇ ਅਰੈਸਟ ਕੀਤਾ ਪੁਲਿਸ? ਇਹਨਾਂ ਨੇ ਰਾਤ 10 ਵਜੇ ਜਾ ਕੇ 3-4 ਗੱਡੀਆਂ ਨਾਲ ਜਾ ਕੇ ਸਣੇ ਡੀ ਐਸ ਪੀ ਜਾ ਕੇ ਉੱਥੇ ਇਹਨਾਂ ਨੇ ਅਰੈਸਟ ਕੀਤਾ। ਇਹਨਾਂ ਨੇ ਪੁੱਛਣ ਕਿੱਡਾ ਵੱਡਾ ਸਾਡਾ ਕ੍ਰਾਈਮ ਸੀ, ਇਹ ਦੱਸਣ ਨਾ ਸਾਨੂੰ ਕਿੰਨਾ ਵੱਡਾ ਸਾਡਾ ਕ੍ਰਾਈਮ ਹੈਗਾ ਸੀ ਵੀ ਜਿਹੜਾ ਅਸੀਂ ਕੀਤਾ। ਸਾਨੂੰ ਪੁੱਛਣ ਪਹਿਲਾਂ ਸਾਨੂੰ ਨੋਟਿਸ ਕਰਨ ਵੀ ਹਾਂ ਪਾਪਾ ਜੀ, ਨੋਟਿਸ ਕਰਨ ਵੀ ਜਿਹੜੀ ਹੈ ਗ੍ਰਾਂਟ ਜਿਹੜੀ ਹੈ ਤੁਹਾਡੇ ਇੰਨੀ ਲੱਗੀ ਹੈ ਜਾਂ ਤੁਹਾਡੇ ਕੋਲ ਇੰਨੀ ਆਈ ਹੋਈ ਹੈ, ਤੁਸੀਂ ਦੱਸੋ ਵੀ ਕਿੰਨੀ ਤੁਹਾਡੀ ਘੱਟ ਰਹੇਗੀ ਹੈ ਜਾਂ ਕੁਛ ਵੀ ਹੈਗਾ। ਫਿਰ ਇਹਨਾਂ ਨੇ ਕੋਈ ਨੋਟਿਸ ਨਹੀਂ ਕੀਤਾ, ਬਿਨਾਂ ਨੋਟਿਸ ਦੇ ਕੱਲੋ ਕੱਲ ਜਾ ਕੇ ਇਹਨਾਂ ਨੇ ਜਿਹੜੀ ਦੁਬਾਰਾ ਜਿਹੜੀ ਇਹਨਾਂ ਨੇ ਮਿਹਨਤੀ ਵੀ ਕੀਤੀ ਹੈ,
तीन जई साहब गए सी भी साडे कोल वीडियो हैगी है पर जिहड़ी पहलां दी मिनती हैगी है उहदे अकॉर्डिंग जिहड़ी है उन्होंने सही करके आए है। डीसी साहब जिहड़े है डीसी साहब है उन्होंने यह कहता भी जिहड़े इन्हां ते परचा देना ही देना सानू उपर प्रेशर हैगा सीएम हाउस तों प्रेशर हैगा सानू हुण इह नहीं सानू पता किस गल असीं इह कहना सानू इंसाफ दिता जाए जिहड़ा असीं यूसी देवांगे जिहड़ा पहलां जिन्नी ग्रांट लगी हुई है यूसी देंगे नाल कैश बुक देंगे जां फिर जो महकमे ते कारवाई की जाए क्योंकि उन्होंने पहला जिहड़ी ग्रांट लगी है वह एवं थोड़ी उन्होंने यूसी बना ले है ग्रांट लगी दे यूसी बने है एवं थोड़ी बन गए हुए पिंड खाली कराने उस जोड़िया जा रहा है उसके नाल ही संबंध इन जोड़िया जा रहा है भी इन दबाया जाए सरपंच फिर नहीं जी साढ़े को हाई कोर्ट की कंटेम्प्ट पाई हुई है जिहड़े है वड्डे मेन अफसर पार्टी बने हुए है उन्होंने अपने कल 29 तरीक नूं एफीडेविट दे चुके है भी असीं जिहड़ी फिर नहीं खाली करावांगे हुण उहदे भी इहनूं सस्पेंड करके सरपंच नूं ते उस तों बाद जिहड़ा उह जिहड़े अपने आप जिहड़े जिनी लगी हुई रिट लगी है वापस लै लैण पर असीं रिट कदी भी नहीं वापस लवांगे साडे भावें परचे चार होर करा देण पर सानूं इंसाफ दित्ता जावे। यह मसला है जी पिंड छोटे मेघे मेघा राठौर दी जो मौजूदा सरपंच ने चिमन सिंह हाँ जी वो जो खिलाफ बंदे ने चिमन सिंह दे उन्होंने कई बार आरटियां पाईयां सी सरपंच दे खिलाफ कई बार आरटियां पाईयां पर सरपंच जो आरटियां दा जवाब सही दे के आए ने जज दे सामने भी मैं लगता पुरानी आरटियां इन्होंने पेश कीतियां सी कोर्ट दे सामने भी तो कुछ कल मिणती हुई है जिंदे विच जो पिंड दा विकास उहदी मिणती कराई है दूजी ओपोजिट पार्टी ने मिणती करा के उस तों बाद सरपंच नूं थाने बुलाया गया सरपंच साहब थाने सारा दिन रहे ने तो कोई मसला नहीं सी रात नूं बस SO साहब गए ने नाल मुलाजम लैके तो अरैसट पा के तो थाने लै आंदा ने रात 10:30 बजे SO साहब गए ने नाल मुलाजम लैके तो अरैसट करके थाने लै आंदा ने तो थाने चलो रात भी पंचायत सारी मैंबर सारे पिंड के बंदे तुसी वेख रहे हो किन्ना पिंड का सारा पिंड सरपंच दे मगर है सारे बंदे भी सौ तरह सौ देन आया भी सरपंच इदा तो कोई गल नहीं तो चलो क्योंकि कल नूं साढ़े पिंड फिरनी भी निकल रही बुधवार का टाइम रखा हुआ है जे वेखा जाए तो गल उस पासे भी लगती है क्योंकि जे सरपंच ना होगा तो फिरनी भी रुक सकती है ये मैंने लगता है जो भी मसला है फिरनी रोकने वास्ते किया जा रहा है कि सरपंच को पहला हरासमेंट करा दो अंदर करा दो ना सरपंच होगा ना फिरनी निकलेगी जो कोर्ट मानयोग हाई कोर्ट है उन्होंने ऑर्डर है तो जो फिरनी कल निकलनी सी उहदे काम विच सरपंच को हरासमेंट किया गया जी सूत्रों तो मिली जानकारी है कि कुछ गमन किया गया सरपंच वालों तां पुलिस ने अरैसट किया मामला दर्ज हो गया वह सर साडी नॉलेज में नहीं असं यही पता करना आए हैं कल आ रहे हैं सानू दसो कारण की है सानू मानयोग SO साहब ने कोई FRI नंबर नहीं दिता सानू कोई कपड़ा जो उनकी कॉपी नहीं विखाई कोई वारंट नहीं विखाया असं वह चीज़ वेखने वास्ते सारा पिंड आए हैं जे लगता है सरपंच के खिलाफ कुछ है फिर सिरेआम विखाते असं तुहाडे मीडिया अगे विखाते भी आ साडे सरपंच ने किया है तो वाकया दी भुगतदा पै जो उन्होंने सानू विखाया ही नहीं रात असं इतों 2 बजे गए हैं पूरा पिंड मगर आया हुण फिर भी सरपंच ने घट तो घट पिंडां दे 20 पंचायतां नाल किसान यूनियन सारे बंदे असीं आए हाँ असीं तां शांतमई जो भी करना चाहुंदे आ साडे च उह नहीं हैगा भी प्रोटेस्ट करो जां किवें भी असीं तां जे सही है तां सही नूं सही करना चाहीदा जी ईमानदार बंदा है तिन उहदे मुलाजम ने 2 मुंडे टीचर लगे इक नूंह टीचर है जमीन डट्ठा काफ़ी हुंदा कम है बाकी इहो जिहा बंदा तां नहीं पिंड च विकास बहुत होया इस गल दे सारे पिंड नूं पुछो सारा पिंड गवाही दिंदा है विकास बहुत होया जो पिंड ने सरपंच ने साडे ने कम कीता है ना 40 सालों में किसी ने साडे पिंड नूं वेख्या नहीं सरपंच साहब ने साडे पिंड दी नुहार बदल दित्ती है पर फिर भी एक सच्चे बंदे मगर इन्ना कुछ किया गया बाकी जो भी जो होया जे हैगा तो चलो वह तो कोर्ट के जो भी है कानूनी प्रक्रिया है जी पर साडी नॉलेज विच गल नहीं आई MLA नाल साडी सवेरे गल होई सी ते बाकी वह बीमार ने कल दे बठिंडे ही आ बीमार दाखिल सी ते सवेरे गल होई सी बस वो यही कह रहा भी मैं करदा कोशिश किश करदा मैं छानबीन करदा की चक्कर है की नहीं ते अजे तक उन्होंने बारे कोई सानू भी नहीं दिता गया कोई पुलिस नूं असीं तां नहीं मिले पिंड दे कुछ मुतबर बंदे मिले आ कुछ बाहरों मुतबर बंदे आए हुए है वह मिले आ बस SO साहब यही कह रहे हैं भी असीं कर रहे हैं जी कर रहे हैं कोई नहीं जी कर रहे हैं दिलासा दिता जा रहा 57 जमानत कर दें कर दें तो सानू अजे तक कोई पता नहीं लग रहा जी की हो रहा दस रहे हैं भी मेडिकल करन गया जी मेडिकल कराउण जां कोर्ट च पेश करन गए जी हाँ जी इदां दा कोई कर रहा जी मैटर मेरा नाम बूटा सिंह है जी धरा पुलिस गई है चोरां तरें भी तां चोर भी नहीं जांदे थोड़ी शर्म करे पंजाब पुलिस भी मौके दा सरपंच है माड़ा जिहा उस सामने पेची करिए फिर भी सारा पिंड भी मगर रात दे भुखे पाणा सारा पिंड मगर खड़ा सरपंच दे 20 पंचायतां मगर खड़ियां 15 पिंडां दे लोक आए बैठे सारा थाणा तुसीं जाके वीडियो कवर करियो हुण तां मतलब चले गए सारे पिंडां दे पिंड मगर आए बंदे च सच्चाई जरूर है पर जे कोई हैगा लगदा इन्हां नूं कोई कपड़ा होया
ਤਾਂ ਸਰ ਉਹ ਕਾਨੂੰਨੀ ਤੌਰ ਤੇ ਜਿਹੜੀ ਬਣਦੀ ਸੀ ਪ੍ਰਕਿਰਿਆ 216 ਦੀ ਨੋਟਿਸ ਭੇਜਦੇ ਜਬ ਪੰਚਾਇਤ ਮਹਿਕਮੇ ਵਾਲੇ ਬੰਦੇ ਆਉਂਦੇ ਇੱਜ਼ਤ ਨਾਲ ਲੈ ਕੇ ਆਉਂਦੇ ਸਾਨੂੰ ਵੀ ਹੁੰਦਾ ਯਾਰ ਵਾਕਈ ਸਰਕਾਰ ਵਧੀਆ ਕਰ ਰਹੀ ਹੈ ਇਹ ਬਿਲਕੁਲ ਜੀ ਗਲਤ ਹੋਇਆ ਨਜਾਇਜ਼ ਹੋਇਆ ਧੱਕਾ ਹੋਇਆ ਮੈਂ ਇਸ ਦੇ ਖਿਲਾਫ ਹਾਂ ਬਿਲਕੁਲ ਨਹੀਂ ਗੈਂਗਸਟਰ ਨਹੀਂ ਇਹ ਵੀਰੋ ਬਾਈ ਮੈਂਬਰ ਪੰਚਾਇਤ ਵਾਸੀ ਮੇਘਾ ਰਾਏ ਠਾੜ ਨੇ ਨਾ ਇੱਕ ਦਰਖਾਸਤ ਦਿੱਤੀ ਸੀਗੀ BDPO ਸਾਹਿਬ ਨੂੰ ਉਹਦੀ ਜੀ ਸਾਹਿਬ ਵੱਲੋਂ ਪੜਤਾਲ ਕੀਤੀ ਗਈ ਦੌਰਾਨੇ ਪੜਤਾਲ ਅਸੀਂ ਜਿਹੜਾ ਕਿ ਸਾਡੇ ਕੋਲ BDPO ਸਾਹਿਬ ਵੱਲੋਂ ਆਇਆ ਵੀ ਪੱਤਰ ਆਇਆ ਵੀ ਇਹਦੇ ਸੰਬੰਧੀ ਬਣਦੀ ਕਾਰਵਾਈ ਆ ਅਸੀਂ ਜੇ ਉਹਦੇ ਸੰਬੰਧੀ ਅਸੀਂ FIR ਦਰਜ ਕੀਤੀ ਆ ਉਹਦੀ ਜਿਹੜੀ ਤਫਤੀਸ਼ ਆ ਉਹ ਜਾਰੀ ਆ ਇਹ 409-120 ਦੇ ਵਿੱਚ ਅਸੀਂ ਜਿਹੜਾ ਇਹਦਾ ਮੁਕੱਦਮਾ ਦਰਜ ਕੀਤਾ 409-120 IPC ਦੇ ਤਹਿਤ ਜਿਹੜਾ FIR ਦਰਜ ਕੀਤੀ ਆ ਤਫਤੀਸ਼ ਜਾਰੀ ਆ ਸਰਕਾਰ ਵੱਲੋਂ ਦੋਸ਼ ਲਗਾਏ ਜਾ ਰਹੇ ਨੇ ਕਿ ਧੱਕੇ ਨਾਲ ਪੁਲਿਸ ਵੱਲੋਂ ਘਰੋਂ ਚੁੱਕ ਲਿਆ ਗਿਆ ਪਹਿਲਾਂ ਇਸ ਸੰਬੰਧੀ ਕੋਈ ਇਤਲਾਹ ਨਹੀਂ ਦਿੱਤੀ ਨਹੀਂ ਇਹਦੇ ਸੰਬੰਧੀ ਅਸੀਂ ਤੁਸੀਂ ਦੇਖ ਸਕਦੇ ਹਾਂ ਅੱਜ ਕੱਲ੍ਹ ਤਾਂ ਸਾਰਾ ਸਿਸਟਮ ਆਨਲਾਈਨ ਆ ਸਾਡਾ ਪੁਲਿਸ ਦਾ ਅਸੀਂ FIR ਦਰਜ ਕੀਤੀ ਆ ਉਹਨਾਂ ਦੇ ਬਿਆਨਾਂ 'ਤੇ ਦਰਜ ਕੀਤੀ ਆ ਉਹਨਾਂ ਨੇ ਇਹਦੀ ਪੜਤਾਲ ਕੀਤੀ ਆ ਦੈਨ ਅਸੀਂ ਇਹਦੀ ਜਿਹੜੀ ਹੈਗੀ ਆ ਮੁਕੱਦਮਾ ਦਰਜ ਕਰਕੇ ਬਾਅਦ 'ਚ ਅਰੈਸਟ ਪਾਈ ਆ ਇਹ ਹਜੇ ਤਾਂ ਤਫਤੀਸ਼ ਕਰ ਰਹੇ ਹਾਂ ਜਿਹੜਾ ਸਾਨੂੰ ਉਹਨਾਂ ਨੇ ਜਿਹੜੀ ਇਹਦੀ ਪੜਤਾਲ ਕੀਤੀ ਹੈ ਜੇਈ ਗਗਨਦੀਪ ਕੁਮਾਰ ਨੇ ਕੀਤੀ ਹੈ ਉਹਨਾਂ ਨੇ 3,63,000 ਰੁਪਏ ਦਾ ਜਿਹੜਾ ਉਹ ਕਹਿੰਦੇ ਵੀ ਜਿਹੜਾ ਵਾਧੂ ਖਰਚਾ ਪਾਇਆ ਅਤੇ ਬਾਕੀ ਅਸੀਂ ਇਹਦੀ ਆਪਦੀ ਹਜੇ ਸਾਡੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਅੱਜ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਅਸੀਂ ਇਹਦਾ ਰਿਮਾਂਡ ਜਿਹੜਾ ਹੈਗਾ ਹਾਸਲ ਕੀਤਾ ਇਹਦੇ ਸੰਬੰਧੀ ਅਸੀਂ ਜਿਹੜੀ ਸਾਰੀ ਆ ਇਨਵੈਸਟੀਗੇਸ਼ਨ ਆ ਉਹ ਕਰਾਂਗੇ ਜਿਹੜੇ ਤੱਥ ਸਾਹਮਣੇ ਆਉਣਗੇ ਤੁਹਾਡੇ ਨਾਲ ਅਸੀਂ ਸਾਂਝੇ ਕਰਾਂਗੇ ਸਰ ਪਰਿਵਾਰ ਵੱਲੋਂ ਤੋਂ ਕਿਹਾ ਜਾ ਰਿਹਾ ਕਿ ਜਿਹੜੀ ਜਾਂਚ ਕੱਲ੍ਹ ਹੋਈ ਸੀ ਜਿਹੜੀ ਦਿਨ ਵੇਲੇ ਪੂਰੀ ਨਿਸ਼ਾਨਦੇਹੀ ਕਰਕੇ ਸਾਰੇ ਪੈਸਿਆਂ ਦਾ ਜਿਹੜਾ ਉਹਨਾਂ ਨੇ ਜੇਈ ਸਾਹਿਬ ਵੱਲੋਂ ਜਿਹੜਾ ਹੈਗਾ ਉਹ ਪੜਤਾਲ ਕਰਵਾਈ ਗਈ ਆ ਉਹਦੇ ਸੰਬੰਧੀ ਬਕਾਇਦਾ ਸਾਨੂੰ ਉਹਨਾਂ ਨੇ ਇੱਕ ਪੱਤਰ ਜਾਰੀ ਕੀਤਾ ਕਾਰਵਾਈ ਲਈ ਲਿਖਿਆ ਉਹਦੇ ਸੰਬੰਧੀ ਅਸੀਂ ਕਾਰਵਾਈ ਕੀਤੀ ਆ ਐਜ਼ ਪਰ ਲਾਅ ਕੀਤੀ ਆ ਅਸੀਂ ਕੋਈ ਵੀ ਕਾਨੂੰਨ ਤੋਂ ਬਾਹਰ ਹੋ ਕੇ ਕੰਮ ਨਹੀਂ ਕੀਤਾ ਗਾ ਪਰਿਵਾਰਿਕ ਮੈਂਬਰਾਂ ਦੇ ਦੋਸ਼ ਹੈ ਜੀ ਕੱਲ੍ਹ ਨੂੰ ਪਿੰਡ ਦੀ ਦੁਬਾਰਾ ਫਿਰ ਕਬਜ਼ਾ ਹਟਾਉਣਾ ਸੀਗਾ ਜੀ ਉਹਨੂੰ ਮੁੱਖ ਰੱਖਦੇ ਹੋਏ ਰਾਤ ਨੂੰ ਪੁਲਿਸ ਨੇ ਚੱਕ ਲਿਆ ਕਬਜ਼ੇ ਸੰਬੰਧੀ ਜਿਹੜੀ ਹੈਗੀ ਆ ਉਹ ਜਿਹੜਾ ਇਹ ਮਹਿਕਮੇ ਨੇ ਸੰਬੰਧਿਤ ਉਹ ਅਲੱਗ ਮੈਟਰ ਆ ਜਿਹੜਾ ਕਬਜ਼ਾ ਹਟਾਉਣ ਦਾ ਉਹ ਸਾਨੂੰ ਤਰੀਕ ਦਿੱਤੀ ਗਈ ਆ ਉਹਦੀ ਨੈਕਸਟ ਡੇਟ ਆ ਜਿਹੜੀ ਉਹ ਜਿਹੜਾ ਮਾਲ ਮਹਿਕਮਾ ਉਹਦੀ ਨਿਸ਼ਾਨਦੇਹੀ ਕਰ ਰਿਹਾ ਸਾਨੂੰ ਜਦੋਂ ਵੀ ਕਹਿਣਗੇ ਪੁਲਿਸ ਮਦਦ ਲਈ ਅਸੀਂ ਜਾਵਾਂਗੇ ਅੱਗੇ ਵੀ ਦੋ ਵਾਰ ਗਏ ਹਾਂ ਅਸੀਂ ਉੱਥੇ ਉਹ ਕਹਿੰਦੇ ਸੀ ਸੰਬੰਧਿਤ ਮਹਿਕਮੇ ਨੇ ਗੱਲ ਇਹ ਕਹੀ ਸੀਗੀ ਵੀ ਜਿਹੜਾ ਮਾਨਯੋਗ ਹਾਈਕੋਰਟ ਦੇ ਵਿੱਚ ਵੀ ਇਹ ਮਾਮਲਾ ਸੰਬੰਧਿਤ ਮਹਿਕਮੇ ਨੇ ਇਹ ਗੱਲ ਕਹੀ ਸੀ ਵੀ ਸਾਨੂੰ ਜਿਹੜਾ ਹੈਗਾ ਦੁਬਾਰਾ ਨਿਸ਼ਾਨਦੇਹੀ ਅਸੀਂ ਕਰਨਾ ਚਾਹੁੰਦੇ ਹਾਂ ਅਸੀਂ ਉਹਨਾਂ ਦੀ ਗੱਲ ਨਾਲ ਸਹਿਮਤੀ ਕੀਤੀ ਜਦੋਂ ਸਾਨੂੰ ਦੁਬਾਰਾ ਉਹ ਕਹਿਣਗੇ ਮਾਨਯੋਗ ਡੀ ਸਾਹਿਬ ਦੇ ਹੁਕਮ ਆਉਣਗੇ ਅਸੀਂ ਉਹਨਾਂ ਦੀ ਅਨਬਿਨ ਪਾਲਣਾ ਕਰਾਂਗੇ ਕੱਲ੍ਹ ਦੀ ਜਿਹੜੀ ਸਰ ਮਿੰਤੀ ਦੀ ਕਾਰਵਾਈ ਹੈ ਫੋਰਸ ਉੱਥੇ ਮੌਜੂਦ ਰਹੂਗੀ ਨਹੀਂ ਕੱਲ੍ਹ ਬਿਲਕੁਲ ਹਾਂ ਜੇ ਸਾਨੂੰ ਜੋ ਮੰਗ ਕਰਨਗੇ ਮਿੰਤੀ ਲਈ ਮੰਗ ਕਰਨਗੇ ਤਾਂ ਅਸੀਂ ਬਿਲਕੁਲ ਉਹਨਾਂ ਨੂੰ ਜਿਹੜੀ ਫੋਰਸ ਆ ਉਹ ਪ੍ਰੋਵਾਈਡ ਕਰਵਾਵਾਂਗੇ ਠੀਕ ਸਰ ਇੱਕ ਮੈਂ ਤੁਹਾਡੇ ਰਹੀ ਇਹ ਗੱਲ ਕਹਿਣਾ ਵੀ ਜਿਹੜੀ ਉਹ ਦੋਸ਼ ਆ ਅਸੀਂ ਕਾਨੂੰਨ ਤੋਂ ਬਾਹਰ ਹੋ ਕੇ ਕੋਈ ਕੰਮ ਨਹੀਂ ਕੀਤਾ ਅੱਜ ਪਰ ਲਾਅ ਕੀਤਾ